कारयोग साथियों, वाहिगुरु जी का खालसा वाहिगुरु जी की फतेह। जय भीम जय भारत। सारे नू सलाम नमस्ते। साथियों, अज आप जिस मुद्दे पर विचार कर रहे हैं, वो मुद्दा अज बड़ा छाया होया है भारत के विच। वो आप सुनते भी हाँ, रौला सुन सुन के कन अक गए। गौ माता दी जय। सड़कों पर जाने हाँ, सड़कों पर गौ माता है, खड़ी है, लंघ के सैड तो होकर लंघना पैंदा। पर जे आप तर्क के तौर पर सोचिए, भारत गौ पालता है या पूजता है? कौन पालता है, कौन पूजता है? साढ़े वड्डे वड्डे शहरों के रहने वाले, पैकेटों का दुध पीने वाले, साढ़े साथी, साढ़े भरा तो ज़्यादा ही रौला पाते हैं। अपने आपू गऊ रक्षा दल वर्गे संगठन बनाए हुए आ। गौ माता दी जय, गौ माता दी जय कह के एक वक्री ही समस्या खड़ी कर दी भारत दे विच। थां थां गऊआं फिरदियां, गवर्नमेंट गऊ सैस ला के लोगों लुटी जा रही है, पर ये नहीं देखती। किसी ने सोचा कि गऊ पालक अते गऊ पूजक विच की फर्क है? मैं इहदे ते लेख लिखिया सी, बड़ा पसंद आया। जो पाठक पढ़ते आ वो तो पढ़ लेंदे आ, पर अजकल सोशल मीडिया का जमाना, पढ़ने नालों सुनने वाले ज़्यादा हन। इस करके मैं अपने यूट्यूब चैनल राही आप जी ने विचार सांझे कर लग्या भी गऊ पूजक अते गऊ पालक विच की फर्क है। पहला आपां गऊ पूजक बारे विस्तार में दसदे हाँ भी गऊ पूजन वाला है कौन। गऊ पूजन वाला साडा भरा की करता है? वो पैकेट वाला दुध पी के सवेरे चाह पींदा, उठदा, वो बाजार विचों एक केला खरीदा, एक रोटी घरों चकदा, गऊ नूं तुरी जांदी आवारा गऊ नूं खिला के, जां गऊशाला विच जा के गऊ नूं खिला के मत्था टेक के उहनूं कहिंदा गऊ माता की जय। ठीक आ, उहदी पूजा हो गई, खत्म हो गया। उस तों बाद वो घर विच रखदा होएगा गऊ माता दी फोटो भी, गऊ जो अपने हिसाब नाल उहदी कोई मूर्ति बना के भी रखदा होएगा, पूजा करदा होएगा। ये उहदी शरधा है, मुबारक है उहदी शरधा। पर हुण आपां ਉਹਨਾਂ ਵੀਰਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਵੀ ਗਊ ਪਾਲਕ ਉਹ ਕੀ ਕਰਦਾ, ਉਹਦੇ ਬਾਰੇ ਅਸੀਂ ਸੋਚਿਆ ਕਦੇ? ਮੈਂ ਖੁਦ ਗਊ ਘਰੇ ਗਊਆਂ ਪਾਲਦਾ ਰਿਹਾ, ਮੇਰੇ ਕੋਲ ਡੈਰੀ ਹੁੰਦੀ ਸੀ, ਡੈਰੀ ਦਾ ਕੰਮ ਕੀਤਾ। ਗਊ ਪਾਲਕ ਕੀ ਕਰਦਾ? ਨਿੱਕੀ ਜਿਹੀ ਬੱਚੀ ਨੂੰ ਜਦੋਂ ਪਾਲਦਾ ਨਾ, ਉਹਨੂੰ ਪੱਠੇ ਵੀ ਖਵਾਉਂਦਾ, ਉਹਨੂੰ ਖਲ ਜੋ ਫੀਡ ਖਾਂਦੀ ਆ ਉਹਦੇ ਨਾਲ ਪੂਰਾ ਧਿਆਨ ਰੱਖਦਾ। ਉਹਦਾ ਫਿਰ ਕੈਮੀਕਲ ਮਿਨਰਲ ਮਿਨਰਲ ਉਹ ਖਾਂਦੀ ਆ, ਉਹ ਵੀ ਉਹਦਾ ਪੂਰਾ ਖਿਆਲ ਰੱਖਦਾ। ਫਿਰ ਦਵਾਈਆਂ ਤੱਕ ਹਰ ਰੋਜ਼ ਪਾਣੀ ਪਿਲਾਉਣਾ, 3 ਟਾਈਮ ਨਹਾਉਣਾ, ਗਰਮੀ ਦੇ ਵਿੱਚ ਤਾਂ ਨਹਾਉਣਾ ਵੀ ਬਹੁਤ ਜ਼ਰੂਰੀ ਹੈ। ਫਿਰ ਗੋਹਾ ਚੱਕਣਾ, ਉਹਦਾ ਫਰਸ਼ ਸਾਫ਼ ਕਰਨਾ, ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਹ ਆਪਾਂ ਜਿੱਦਾਂ ਬੱਚੇ ਨੂੰ ਪਾਲਦਾ ਨਾ, ਇੱਦਾਂ ਹੀ ਉਹ ਗਾਂ ਨੂੰ ਪਾਲਦਾ। ਉਸ ਤੋਂ ਬਾਅਦ ਬਹੁਤ ਵੱਡੀ ਘਟਨਾ ਵਾਪਰਦੀ ਆ ਜੋ ਜ਼ਰੂਰੀ ਆ, ਕੁਦਰਤ ਨੇ ਬਣਾਈ ਹੋਈ ਆ। ਉਹ ਸ਼ਾਇਦ ਸ਼ਹਿਰਾਂ ਵਾਲੇ ਜੋ ਗਊ ਮਾਤਾ ਦੀ ਜੈ ਕਹਿੰਦੇ ਆ, ਉਹ ਬਿਲਕੁਲ ਨਹੀਂ ਜਾਣਦੇ ਉਹਦੇ ਬਾਰੇ। ਜੋ ਧਿਆਨ ਦੇਣਗੇ ਤਾਂ ਸ਼ਾਇਦ ਉਹਨਾਂ ਦੇ ਦਿਮਾਗ ਦੇ ਵਿੱਚੋਂ ਕੀੜਾ ਨਿਕਲ ਵੀ ਜਾਵੇਗਾ। ਉਹ ਹੈ ਜਦੋਂ 2.5 ਤੋਂ 3 ਸਾਲ ਦੇ ਵਿੱਚ ਉਹ ਬੱਚੀ ਹੁੰਦੀ ਹੈ ਨਾ, ਉਹਦੀ ਬਰੀਡਿੰਗ ਕਰਾਉਣੀ ਬਹੁਤ ਜ਼ਰੂਰੀ ਹੈ। ਮੈਂ ਪੰਜਾਬ ਇੰਗਲਿਸ਼ ਦੇ ਵਿੱਚ ਬਰੀਡਿੰਗ ਕਹਿੰਦਾ, ਪੰਜਾਬੀ ਵਿੱਚ ਉਹਦਾ ਜਿਹੜਾ ਸ਼ਬਦ ਆ ਨਾ, ਉਹ ਤਰ੍ਹਾਂ ਤਰ੍ਹਾਂ ਦੇ
ਸ਼ਬਦ ਬੋਲੇ ਜਾਂਦੇ ਆ, ਕੋਈ ਕਿਸੇ ਏਰੀਏ ਵਿੱਚ ਕੋਈ ਬੋਲਦਾ, ਕਿਸੇ ਏਰੀਏ 'ਚ ਕੋਈ ਬੋਲਦਾ, ਪੂਰੇ ਭਾਰਤ ਵਿੱਚ ਪਤਾ ਨਹੀਂ ਕੀ ਕੁਛ ਬੋਲਦੇ ਹੋਣਗੇ, ਲੇਕਿਨ ਜ਼ਰੂਰੀ ਹੈ ਕਿਰਿਆ ਕਿ ਉਸਦਾ ਗਰਭ ਧਾਰਨ ਕਰਾਉਣਾ ਹੁੰਦਾ, ਉਹ ਚਾਹੇ ਅਸੀਂ ਕੁਦਰਤੀ ਬੱਚੇ ਕੋਲੋਂ ਕਰਵਾਈਏ ਜਾਂ ਬੱਚਾ ਨਰਮਾਤਾ ਨਰ ਗਊ ਕਹਿੰਦੇ ਜਿਹਨੂੰ, ਇੱਕ ਮਾਦਾ ਗਊ ਇੱਕ ਨਰ ਗਊ, ਉਹਨਾਂ ਦਾ ਮਿਲਣ ਕਰਾਉਣਾ ਹੁੰਦਾ। ਜੇ ਨਹੀਂ ਤਾਂ ਅੱਜ ਕੱਲ੍ਹ ਟੀਕੇ ਵੀ ਬਾਜ਼ਾਰ ਦੇ ਵਿੱਚ ਬਹੁਤ ਆਉਂਦੇ ਹਨ ਜੋ ਬੰਦੇ ਨੇ ਬਣਾਏ ਆ, ਕਿਸੇ ਪਰਮਾਤਮਾ ਨੇ ਨਹੀਂ ਬਣਾਏ, ਬੰਦੇ ਨੇ ਹੀ ਉਹ ਜਿਹੜਾ ਉਹਦਾ ਸੀਮਨ ਹੈ ਉਸਨੂੰ ਅੱਗੇ ਡਿਵੈਲਪ ਕਰਕੇ ਉਹ ਟੀਕਿਆਂ ਦੇ ਵਿੱਚ ਪਾ ਲਿਆ, ਉਹ ਟੀਕਿਆਂ ਦੇ ਵਿੱਚ ਉਹ ਬਨਾਉਟੀ ਗਰਭਧਾਰਨ ਧਾਰਨ ਕਰਨ ਦੀ ਇੱਕ ਵਿਧੀ ਬਣਾ ਲਈ। ਜਦਕਿ ਇਹ ਵੀ ਕੁਦਰਤੀ ਤੌਰ 'ਤੇ ਦੇਖੀਏ ਤਾਂ ਸਾਡੇ ਮਨੁੱਖ ਦਾ ਇੱਕ ਨਿਯਮ ਦੀ ਉਲੰਘਣਾ, ਫਿਰ ਵੀ ਚਲੋ ਅਸੀਂ ਆਪਣੇ ਫਾਇਦੇ ਲਈ ਕਰਦੇ ਹਾਂ। ਫਿਰ ਜੀ ਜਦੋਂ ਉਹ ਬਰੀਡਿੰਗ ਹੋ ਜਾਂਦੀ ਆ, ਫਿਰ ਉਹਨੂੰ 9 ਮਹੀਨੇ ਇੰਤਜ਼ਾਰ ਕਰਨਾ ਪੈਂਦਾ, 9 ਮਹੀਨੇ ਉਸਦੀ ਖੁਰਾਕ ਦਾ ਪੂਰਾ ਇੰਤਜ਼ਾਮ ਰੱਖਣਾ ਪੈਂਦਾ, ਉਹਨੂੰ ਗਰਮ ਠੰਡਾ ਜੋ ਖਾਣਾ ਖਾਣਾ ਉਹਦੇ ਬਾਰੇ ਖਾਣਾ ਦੇਖਣਾ ਪੈਂਦਾ। 9 ਮਹੀਨੇ ਬਾਅਦ ਉਹ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ। ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਨਾ, ਉਹਨੂੰ ਜਿਹੜਾ ਪਾਲਕ ਆ ਉਹ ਆਪਣੇ ਹੱਥੀਂ ਬੱਚੇ ਨੂੰ ਜਨਮ ਦਵਾਉਂਦਾ। ਉਹ ਜਿਹੜੀ 2 ਕਿਰਿਆਵਾਂ ਨਾ ਇਹ ਜ਼ਰੂਰੀ ਆ, ਪਾਲਕ ਕਰਦਾ, ਗਊ ਪਾਲਕ, ਗਊ ਪੂਜਕ ਦਾ ਜਾਣਦਾ ਹੀ ਨਹੀਂ ਇਹ ਕਿਰਿਆ ਬਾਰੇ। ਜਦੋਂ ਬਰੀਡਿੰਗ ਕਰਾਉਂਦਾ ਉਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਗਊ ਨਾਲ ਸਾਡਾ ਕੀ ਨਾਤਾ ਹੈ, ਕਿ ਅਸੀਂ ਜੋ ਬਰੀਡਿੰਗ ਹੱਥੀਂ ਬਰੀਡਿੰਗ ਕਰਾਉਂਦੇ ਹਾਂ ਅਸੀਂ ਆਪਣੀ ਮਾਂ ਨਾਲ ਕਰਾ ਸਕਦੇ ਹਾਂ। ਭੁੱਲ ਜਾਓ ਇਹ ਸੱਭਿਅਤਾ ਸਾਡੀ ਨਹੀਂ ਹੈ ਕਿ ਅਸੀਂ ਆਪਣੀ ਮਾਤਾ ਨੂੰ ਦੀ ਬਰੀਡਿੰਗ ਹੱਥੀਂ ਕਰਾਈਏ, ਕਿ ਉਹ ਸਾਡੇ ਜਨਮ ਤੋਂ ਪਹਿਲਾਂ ਬਰੀਡਿੰਗ ਹੋਈ ਹੈ ਸਾਡੀ, ਤਾਂ ਅਸੀਂ ਧਰਤੀ 'ਤੇ ਆਏ ਹਾਂ। ਉਸ ਤੋਂ ਬਾਅਦ ਬੱਚੇ ਦਾ ਜਨਮ ਦਵਾਉਣਾ, ਇੱਕ ਦਾਈ ਬਣ ਕੇ ਬੱਚੇ ਨੂੰ ਜਨਮ ਦਵਾਉਣਾ ਹੱਥੀਂ, ਅਸੀਂ ਉਸਨੂੰ ਜਿਸ ਤਰ੍ਹਾਂ ਅਸੀਂ ਮੱਝ ਨਾਲ ਕਰਦੇ ਹਾਂ ਜਾਂ ਹੋਰ ਭੇਡ ਬੱਕਰੀ ਪਾਲਦੇ ਹਾਂ, ਇਸੇ ਤਰ੍ਹਾਂ ਅਸੀਂ ਉਹ ਗਾਂ ਨਾਲ ਦੀ ਪਾਲਣਾ ਕਰਦੇ ਹਾਂ, ਨਿਯਮਾਂ ਦੀ ਇੱਦਾਂ ਹੀ ਪਾਲਦੇ ਹਾਂ। ਕਾਹਦੇ ਲਈ ਪਾਲਦੇ ਹਾਂ? ਅਸੀਂ ਉਹਦੇ ਕੋਲੋਂ ਦੁੱਧ ਲੈਣਾ, ਜਦਕਿ ਦੁੱਧ ਕੁਦਰਤ ਨੇ ਉਹਦੇ ਬੱਚਿਆਂ ਨੂੰ, ਉਸ ਜਾਨਵਰ ਦੇ ਬੱਚੇ ਨੂੰ ਦਿੱਤਾ ਹੈ ਦੁੱਧ, ਮਨੁੱਖ ਨੂੰ ਨਹੀਂ ਦਿੱਤਾ ਦੁੱਧ। ਮਨੁੱਖ ਨੇ ਆਪਣੇ ਫਾਇਦੇ ਲਈ ਉਹ ਜਾਨਵਰ ਦੇ ਨਾਲ ਵਧੀਕੀ ਕਰਕੇ ਉਹਨੂੰ ਡਿਵੈਲਪ ਹੋਰ ਕਰਕੇ, ਵਿਗਿਆਨਕ ਢੰਗ ਨਾਲ ਡਿਵੈਲਪ ਕਰਕੇ ਉਹਦਾ ਦੁੱਧ ਵਧਾਇਆ ਅਤੇ ਉਸ ਨੂੰ ਪਾਲਣਾ ਸ਼ੁਰੂ ਕੀਤਾ, ਅਤੇ ਉਹ ਦੁੱਧ ਉਹਦੇ ਬੱਚੇ ਤੋਂ ਵਧਾ ਕੇ ਫਿਰ ਆਪਾਂ ਉਹ ਦੁੱਧ ਲੈਂਦੇ ਪ੍ਰਾਪਤ ਕਰਦੇ ਹਾਂ। ਕਿ ਅਸੀਂ ਇਹ ਦੁੱਧ ਵਧਾਉਣ ਵਾਲੀ ਕਿਰਿਆ ਅਸੀਂ ਆਪਣੀ ਮਾਂ ਨਾਲ ਕਰ ਸਕਦੇ ਹਾਂ? ਬਿਲਕੁਲ ਨਹੀਂ ਕਰ ਸਕਦੇ। ਗੁੱਸਾ ਚੜ੍ਹਦਾ ਇਹੋ ਜਿਹੀ ਗੱਲਾਂ 'ਤੇ ਸੁਣ ਕੇ, ਵੀ ਇੱਕ ਅਣਜਾਣ ਬੰਦੇ ਜਿਨ੍ਹਾਂ ਨੇ ਗਊ ਕਦੇ ਪਾਲੇ ਹੀ ਨਹੀਂ, ਉਹ ਸਾਡੇ ਉੱਪਰ ਕਿੱਦਾਂ ਇਸ ਤਰ੍ਹਾਂ ਦੀਆਂ ਧਾਰਨਾ ਮੜ ਦਿੱਤੀ। ਗਊ ਮਾਤਾ ਕੀ ਜਾ, ਬਹੁਤ ਦੁੱਖ ਹੁੰਦਾ ਦੋਸਤੋ ਵੀਰੋ। ਪਹਿਲਾਂ ਗਊ ਪਾਲ ਕੇ ਦੇਖੋ ਆਪਣੇ ਘਰਾਂ 'ਚ, ਫਿਰ ਪਤਾ ਲੱਗੂਗਾ ਕਿ ਅਸੀਂ ਗਊਆਂ ਪਾਲਣੀਆਂ ਤਾਂ ਛੱਡੀਆਂ ਕਿ ਬਾਅਦ ਦੇ ਵਿੱਚ ਸਾਨੂੰ ਉਹਨੂੰ ਜਦੋਂ ਦੁੱਧ ਦੇਣ ਫੜ ਜਾਂਦੀਆਂ ਜਾਂ ਦੁਬਾਰਾ ਆਸ ਨਹੀਂ ਲੱਗਦੀਆਂ, ਇਹਨੂੰ ਬਰੀਡਿੰਗ ਕਹਿੰਦੇ, ਬਰੀਡਿੰਗ ਨਹੀਂ ਹੁੰਦੀ ਉਹਦੀ, ਫਿਰ ਸਾਨੂੰ ਛੱਡਣੀਆਂ ਪੈਂਦੀਆਂ। ਬੱਚਾ ਉਹਦਾ ਕਿਸੇ ਕੰਮ ਨਹੀਂ, ਉਹਦਾ ਸਾਨੂੰ ਛੱਡਣਾ ਪੈਂਦਾ। ਜਦੋਂ ਛੱਡਣਾ ਪੈਂਦਾ ਤਾਂ ਬੜਾ ਦੁੱਖ ਲੱਗਦਾ, ਫਿਰ ਉਹ ਸੜਕਾਂ 'ਤੇ ਰੋਲਦਾ ਫਿਰਦਾ। ਬਹੁਤ ਸਾਰੇ ਡੈਰੀਆਂ ਵਾਲੇ ਬੰਦੇ ਇਹ ਕਿੱਤੇ ਨੂੰ ਛੱਡ ਰਹੇ ਆ। ਕਿਉਂ ਛੱਡ ਰਹੇ ਆ? ਕਿਉਂਕਿ ਜਦੋਂ ਉਹ ਗਊ ਬੱਚਾ ਨੂੰ ਜਨਮ ਦੇਣ ਦੇ ਜਾਂ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੀ, ਉਸ ਨੂੰ ਫੰਡਰ ਕਹਿੰਦੇ ਹਨ ਪੰਜਾਬੀ ਭਾਸ਼ਾ ਦੇ ਵਿੱਚ। ਕੀ ਅਸੀਂ ਇਹ ਸ਼ਬਦ ਆਪਣੀ ਮਾਂ ਨਾਲ ਵਰਤ ਸਕਦੇ? ਬਿਲਕੁਲ ਨਹੀਂ ਵਰਤ ਸਕਦੇ। ਜਿੰਨੀਆਂ ਗਾਈਆਂ ਜਾਂ ਬੱਚੇ ਇਹ ਸੜਕਾਂ 'ਤੇ ਆਵਾਰਾ ਫਿਰਦੇ ਹਨ ਇਹ ਸਾਰੇ ਫੰਡਰ ਹਨ, ਇਹ ਦੁੱਧ ਦੇਣ ਦੇ ਅਤੇ ਬੱਚਾ ਦੇਣ ਦੇ ਕਾਬਲ ਨਹੀਂ। ਠੀਕ ਆ, ਨਹੀਂ ਤਾਂ ਦੁੱਧ ਦੇਣ ਵਾਲੀਆਂ ਗਾਈਆਂ 'ਚ ਕੋਈ ਨਹੀਂ ਫਿਰਦੀ। ਕਿਤੇ ਵੀ ਦੇਖ ਲਓ ਕੋਈ ਦੁੱਧ ਦੇਣ ਵਾਲੀ ਗਾਂ ਫਿਰਦੀ? ਜੇ ਹੁੰਦੀ ਤਾਂ ਬੰਨ ਲੈਂਦੇ ਲੋਕ। ਦੋਸਤੋ, ਜੋ ਗਲਤ ਧਾਰਨਾ, ਜੋ ਵਿਗਿਆਨਕ ਤੌਰ 'ਤੇ ਗਲਤ ਆ, ਜੋ ਤਰਕ ਦੇ ਤੌਰ 'ਤੇ ਗਲਤ ਆ, ਉਹ ਸਾਡੇ ਦੇਸ਼ ਨੂੰ ਖਤਰਨਾਕ ਸਥਿਤੀ ਵਾਲੇ ਪਾਸੇ ਲੈ ਕੇ ਜਾਂਦੀ ਹੈ। ਇਸ ਕਰਕੇ ਆਪਾਂ ਨੂੰ ਇਹ 'ਤੇ ਵਿਚਾਰ ਕਰਨਾ ਪੈਣਾ। ਆਪਾਂ ਸਾਰੇ ਭਰਾ ਯਾਰ ਕਿਉਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ? ਜੇ ਅਸੀਂ ਗਊ, ਠੀਕ ਆ, ਅਸੀਂ ਗਊ ਪਾਲਣ ਦਾ ਕਿੱਤਾ ਵਧਾਉਣਾ, ਅਸੀਂ ਗਊ ਦੇ ਅਸਲੀ ਭਗਤ ਬਣਨਾ, ਦੇਸ਼ ਦੇ ਅਸਲੀ ਭਗਤ ਬਣਨਾ, ਜਾਂ ਜਾ ਕੇ ਗਊ ਪਾਲਕਾਂ ਦੇ ਘਰ ਜਾਓ, ਉਹਨਾਂ ਨੂੰ ਪੁੱਛੋ ਤੁਹਾਨੂੰ ਕੀ ਦਿੱਕਤਾਂ ਆਉਂਦੀਆਂ,
ਉਹਨਾਂ ਗਊ ਪਾਲਕਾਂ ਦੇ ਕਰਕੇ ਅਸੀਂ ਦੁੱਧ ਪੀਂਦੇ ਹਾਂ। ਅਸੀਂ ਘਰਾਂ 'ਚ ਬੈਠ ਕੇ ਸਾਨੂੰ ਦੁੱਧ ਚਾਹੇ ਦੋਧੀ ਫੜਾ ਕੇ ਜਾਂਦਾ, ਚਾਹੇ ਸਾਨੂੰ ਪੈਕਟਾਂ 'ਚ ਦੁੱਧ ਆਉਂਦਾ, ਉਹਨਾਂ ਗਊਆਂ ਤੋਂ ਜਾਂਦਾ, ਉਹਨਾਂ ਮੱਝਾਂ ਦਾ ਜਾਂਦਾ। ਉਹਨਾਂ ਦੀਆਂ ਘਾਟਾਂ ਨੂੰ ਅਸੀਂ ਦੇਖੀਏ ਜਾ ਕੇ ਉਹਨਾਂ ਦੇ ਘਰਾਂ 'ਚ, ਤਾਂ ਅਸੀਂ ਦੇਖਦੇ ਅਸੀਂ ਸੇਵਕ ਬਣਦੇ ਹਾਂ। ਅਸੀਂ ਉਹਨਾਂ ਦੇ ਦੁੱਖ ਤਾਂ ਦੇਖੇ ਨਹੀਂ। ਗਊ ਦੀ ਪੂਜਾ ਨਾਲੋਂ ਤਾਂ ਪਾਲਕ ਦੀ ਪੂਜਾ ਕਰੋ, ਉਹਨੂੰ ਕੋਈ ਸਮੱਸਿਆ ਨਾ ਆਵੇ। ਆ ਲੋਕਡਾਊਨ ਦੇ ਵਿੱਚ ਗਊਆਂ ਦੇ ਜਿਹੜੇ ਪਾਲਕ ਨੌਕਰ ਸੀ ਨਾ ਪਾਲਕਾਂ ਦੇ, ਉਹ ਵਿਚਾਰੇ ਚਿੱਟੇ ਰੋਡ 'ਤੇ ਤੁਰੇ ਜਾਂਦੇ ਸੀ, ਰੋਣ ਆਉਂਦਾ ਸੀ ਦੇਖ ਕੇ ਉਹਨਾਂ ਨੂੰ, ਪੈਰਾਂ ਛਾਲੇ ਪਏ। ਉਹਨਾਂ ਦੀ ਕਿਸੇ ਨੇ ਨਹੀਂ ਸੁਣੀ, ਕਿਸੇ ਸਰਕਾਰ ਨੇ ਨਹੀਂ ਸੁਣੀ। ਸਰਕਾਰਾਂ ਨੇ ਵੀ ਆਪਣੇ ਘਰ ਭਰ ਲਏ, ਕਰੋਨਾ ਕੀ ਆ ਗਿਆ, ਉਹਨਾਂ ਨੇ ਲੋਕਾਂ ਨੇ ਦਾਨ ਦੇ ਦੇ ਕੇ ਸਰਕਾਰਾਂ ਨੇ ਭਰ ਲਏ, ਘਰ ਭਰ ਲਏ। ਮਜ਼ਦੂਰਾਂ ਨੂੰ ਕੀ ਮਿਲਿਆ? ਕੁਛ ਵੀ ਨਹੀਂ ਮਿਲਿਆ, ਡੰਡੇ ਪੈਂਦੇ ਨੰਗੇ ਪੈਰੀ ਤੁਰੇ ਜਾਂਦੇ। ਰੁਕੇ ਵੀ ਹੈ ਨਹੀਂ ਕਿਸੇ ਨੂੰ ਵੀ, ਚਲੋ ਰੁਕ ਜਾਓ, ਅਸੀਂ ਤੁਹਾਡੇ ਲਈ ਲੰਗਰ ਲਾਉਂਦੇ ਹਾਂ, ਖਾਣਾ ਦਿੰਦੇ ਹਾਂ, ਅਸੀਂ ਕੀ ਲੋੜ ਜਾਂ ਲੋੜ ਆ ਤੁਹਾਨੂੰ ਛੱਡ ਕੇ ਜਾਣ ਦੀ? ਸਾਡਾ ਦੇਸ਼ ਗਊਆਂ ਤਾਂ ਕੀ ਸਾਂਭਣੀਆਂ, ਕਿਸੇ ਨੇ ਬੰਦਾ ਨਹੀਂ ਸਾਂਭਿਆ, ਮਜ਼ਦੂਰ ਨਹੀਂ ਸਾਂਭਿਆ। ਕਾਹਦੇ ਨਾਰੇ, ਕਾਹਦੇ ਨਾਰੇ, ਰਾਜਨੀਤੀ ਹੈ ਸਾਰੀ ਇਹ। ਛੱਡ ਦਿਓ ਰਾਜਨੀਤੀਆਂ ਯਾਰ, ਆਪਾਂ ਸਾਰੇ ਭਾਰਤ ਨੂੰ ਫਿਰ ਕਿਸੇ ਰਲੀਹ 'ਤੇ ਲੈ ਕੇ ਆਈਏ। ਅਮਰੀਕਨ ਗਾਈਆਂ, ਅਮਰੀਕਾ ਦੀ ਮੰਡੀ ਦੇ ਵਿੱਚ ਲੱਖ ਲੱਖ ਰੁਪਏ ਦੀ ਗਾਂ, ਫੰਡਰ ਗਾਂ ਵੀ ਲੱਖ ਰੁਪਏ ਦੀ ਵਿਕਦੀ ਹੈ। ਔਰ ਸਾਡੇ ਬੱਚੇ ਅਮਰੀਕਨ ਬੱਚੇ ਆ, ਠੀਕ ਆ, ਤੁਸੀਂ ਆਪਣੀ ਤਾਂ ਨਸਲ ਜਿਹੜੀ ਦੇਸੀ ਗਾਂ ਸੀ ਨਾ, ਬਿਲਕੁਲ ਦੇਸੀ ਗਾਂ, ਢੁੱਠ ਵਾਲੇ ਵਿਹੜ, ਉਹ ਤਾਂ ਦਿਸਦੇ ਨਹੀਂ ਯਾਰ, ਉਹਨੂੰ ਡਿਵੈਲਪ ਹੀ ਨਹੀਂ ਕੀਤਾ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤ ਸਥਿਤੀ ਦੇ ਵਿੱਚ ਗੰਭੀਰ ਹੁੰਦਾ ਹੋਇਆ, ਕੁਛ ਸ਼ਬਦ ਮੈਂ ਗਲਤ ਵੀ ਬੋਲ ਹੋ ਗਿਆ ਹੋਵਾਂ, ਮਾਫ਼ੀ ਚਾਹੁੰਦਾ। ਦੋਸਤੋ ਆਓ ਆਪਾਂ ਆਪਣੇ ਦੇਸ਼ ਨੂੰ ਕਿੱਧਰ ਨੂੰ ਲੈ ਕੇ ਜਾਂਦੇ, ਅਤੇ ਸਿੱਧੇ ਪਾਸੇ ਲੈ ਕੇ ਜਾਈਏ, ਸਾਰੇ ਹੀ ਅਸਲੀ ਸਥਿਤੀ ਤੱਕ ਪਹੁੰਚੀਏ। ਜੇ ਗਊ ਦੀ ਰੱਖਿਆ ਕਰਨੀ ਆ ਤਾਂ ਗਊ ਪਾਲਕਾਂ ਤੱਕ ਪਹੁੰਚੀਏ, ਉਹਨਾਂ ਦੇ ਸਮੱਸਿਆਵਾਂ ਸੁਣੀਏ, ਉਹਨਾਂ ਦੀ ਸਮੱਸਿਆ ਦੂਰ ਕਰੀਏ। ਇਹੀ ਸਾਡੇ ਭਾਰਤ ਦੀ ਅਸਲੀ ਨੀਂਹ ਦੀ ਨਿਸ਼ਾਨੀ ਹੈ। ਮਜ਼ਦੂਰ ਹਰੇਕ ਨਿਰਮਾਣ ਦਾ ਆਧਾਰ ਮਜ਼ਦੂਰ ਹੈ, ਹਰੇਕ ਕੰਮ ਦਾ ਆਧਾਰ ਮਜ਼ਦੂਰ ਹੈ। ਠੇਕੇਦਾਰ ਫੈਕਟਰੀ ਮਾਲਕ ਬਾਅਦ 'ਚ ਆਉਂਦੇ ਹਨ, ਪਹਿਲਾਂ ਮਜ਼ਦੂਰ ਹੁੰਦਾ। ਆਪਾਂ ਮਜ਼ਦੂਰਾਂ ਦੀਆਂ ਪਹਿਲਾਂ ਜਾ ਕੇ ਸਮੱਸਿਆਵਾਂ ਨੂੰ ਸੁਣੀਏ, ਉਹਦਾ ਹੱਲ ਕਰੀਏ, ਤਾਂ ਜਾ ਕੇ ਭਾਰਤ ਮਹਾਨ ਬਣੇਗਾ। ਦੋਸਤੋ ਆਓ ਆਪਾਂ ਫਿਰ ਤੋਂ ਭਾਰਤ ਮਹਾਨ ਨੂੰ ਮਹਾਨ ਬਣਾਉਣ ਵੱਲ ਨੂੰ ਆਪਣੀ ਤਵੱਜੋ ਦੇਈਏ, ਆਪਣਾ ਧਿਆਨ ਦੇਈਏ। ਛੱਡ ਦੀਏ ਰਾਜਨੀਤੀਆਂ, ਛੱਡ ਦੀਏ ਫੋਕੇ ਨਾਅਰੇ ਲਾਉਣੇ, ਅਸਲੀ ਧਰਤੀ 'ਤੇ ਆ ਕੇ, ਅਸਲੀ ਜਗ੍ਹਾ 'ਤੇ ਆ ਕੇ, ਅਸਲੀ ਮੁੱਦਿਆਂ 'ਤੇ ਆ ਕੇ ਆਪਾਂ ਸੇਵਾ ਕਰੀਏ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।